ਸਾਹਿਬ ਕਲਗੀਧਰ ਪਾਤਸ਼ਾਹ ਜੀ ਨੇ ਸ਼ਸਤਰਾਂ ਦੀ ਸ਼ਕਤੀ ਦੀ ਮਹਾਨਤਾ ਸਾਨੂੰ ਦਰਸਾਈ ਅਤੇ ਸ਼ਸਤਰ ਨਾਮ ਵਾਲਾ ਇਹ ਬਾਣੀ ਰਚੀ ਹੈ। ਪੁਰਾਤਨ ਸਿੰਘ ਇਹਦਾ ਨਿਤਨੇਮ ਕਰਿਆ ਕਰਦੇ ਸੀ। ਇੱਕ ਬਾਬਾ ਕਰਮ ਸਿੰਘ ਜੀ ਸਨ, ਨਿਹੰਗ ਸਿੰਘ, ਉਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨਾਲ ਰਹੇ ਸਨ। ਬਹੁਤੇ ਪੜ੍ਹੇ ਨਹੀਂ ਸਨ ਪਰ ਜਪ ਤਪ ਬਹੁਤ ਕੀਤਾ ਸੀ ਅਤੇ ਉਹ ਸਾਨੂੰ ਉਹਨਾਂ ਨੇ ਜੋ ਕਥਾ ਮਹਾਂਪੁਰਸ਼ਾਂ ਤੋਂ ਸੁਣੀ ਸੀ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਉਹ ਦੱਸਿਆ ਕਰਦੇ ਸੀ। ਉਹ ਕਹਿੰਦੇ ਸੀ ਵੀ ਪੁਰਾਤਨ ਸਿੰਘ ਮਹਾਂਪੁਰਸ਼ ਦੱਸਦੇ ਸੀ ਵੀ ਪੁਰਾਤਨ ਸਿੰਘ ਸ਼ਸਤਰ ਨਾਮ ਵਾਲਾ ਦਾ ਇੰਨਾ ਜਾਪ ਕਰਦੇ ਸੀ, ਇੰਨਾ ਜਾਪ ਕਰਦੇ ਸੀ ਇਹਨਾਂ ਸ਼ਸਤ ਜਿਹੜੇ ਇਹ ਮਹਾਰਾਜ ਦੀ ਬਾਣੀ 90 ਅੰਗ 'ਤੇ ਹੈ, ਛੋਟੀ ਬਾਣੀ ਨਹੀਂ, 90 ਅੰਗ ਨੇ ਦਸਮ ਦੇ ਵਿੱਚ, 90-92 ਅੰਗਾਂ 'ਤੇ ਬਾਣੀ ਲਿਖੀ ਹੋਈ ਹੈ। ਇੰਨੀ ਬਾਣੀ ਰੋਜ਼ ਪੜ੍ਹਦੇ ਸੀ ਪੁਰਾਣੇ ਸਿੰਘ ਦਸਮ ਸ਼ਸਤਰ ਨਾਮ ਵਾਲਾ। ਫਿਰ ਕਹਿੰਦੇ ਸਮਾਂ ਪਾ ਕੇ ਉਹਨਾਂ ਦੇ ਅੰਦਰ ਉਹ ਸ਼ਕਤੀ ਆ ਜਾਂਦੀ ਸੀ ਵੀ ਜਿਹੜਾ ਵੀ ਸ਼ਸਤਰ ਮੰਗਾਉਣਾ ਚਾਹੁੰਦੇ ਸੀ ਜੰਗ ਦੇ ਮੈਦਾਨ 'ਚ ਉਹਨਾਂ ਦੇ ਹੱਥ 'ਚ ਆ ਜਾਂਦਾ ਸੀ ਔਰ ਜਿਹੜਾ ਉਹ ਸ਼ਸਤਰ ਚਲਾਉਂਦੇ ਸੀ ਉਹ ਸਹੀ ਨਿਸ਼ਾਨੇ 'ਤੇ ਪਹੁੰਚਦਾ ਸੀ, ਸ਼ਸਤਰ ਸਿੱਧ ਹੁੰਦਾ ਸੀ। ਇਸ ਗੱਲ ਨੂੰ ਕਾਜ਼ੀ ਨੂਰ ਮੁਹੰਮਦ ਇੱਕ ਮੁਸਲਮਾਨ ਅਹਿਮਦ ਸ਼ਾਹ ਬਦਾਲੀ ਦੇ ਨਾਲ ਆਇਆ ਸੀ ਛੇਵੇਂ ਹਲਮਲੇ 'ਚ, ਵੱਡੇ ਘੱਲੂਕਾਰੇ, ਉਹਨੇ ਲਿਖਿਆ ਕਹਿੰਦਾ ਸਿੱਖਾਂ ਦੀ ਬੰਦੂਕ ਦਾ ਨਿਸ਼ਾਨਾ ਕਦੀ ਚੁੱਕਦਾ ਨਹੀਂ, ਯਾਨੀ ਸਿੱਖਾਂ ਦੇ ਹਰ ਇੱਕ ਹਥਿਆਰ ਵਿੱਚ ਪਕੜ ਹੈ ਪਰ ਜਿਹੜੀ ਬੰਦੂਕ ਚਲਾਉਂਦੇ ਨੇ ਉਹਦੀ ਕੋਈ ਰੀਸ ਨਹੀਂ, ਕਹਿੰਦੇ ਇਹ ਨੂਰ ਮੁਹੰਮਦ ਨੇ ਲਿਖਿਆ। ਹੁਣ ਇਹਦਾ ਕਾਰਨ ਕੀ ਹੈ, ਇਹਦਾ ਰੀਜ਼ਨ ਕੀ ਹੈ, ਨਿਸ਼ਾਨਾ ਕਿਹਦਾ ਲੱਗਦਾ, ਨਿਸ਼ਾਨਾ ਉਹਦਾ ਲੱਗਦਾ ਹੈ ਜਿਹਦੀ ਬਿਰਤੀ ਇਕਾਗਰ ਹੋਵੇ, ਇਹਦਾ ਧਿਆਨ ਜੁੜਿਆ ਹੋਵੇ, ਇਹਦਾ ਧਿਆਨ ਇੱਧਰ ਉੱਧਰ ਹੈ ਉਹਦਾ ਨਿਸ਼ਾਨਾ ਨਹੀਂ ਲੱਗਦਾ। ਖਾਲਸਾ ਜਿਹੜਾ ਉਸ ਵੇਲੇ ਨਿਸ਼ਾਨੇ 'ਚ ਸਭ ਤੋਂ ਪਹਿਲੇ ਨੰਬਰ 'ਤੇ ਸੀਗਾ ਜੰਗਾਂ ਦੇ ਵਿੱਚ, ਉਹਦਾ ਇਹ ਕਾਰਨ ਸੀ ਕਿ ਉਹ ਬਾਣੀ ਸ਼ਸਤਰ ਨਾਮ ਵਾਲਾ ਪੜ੍ਹ ਕੇ ਆਪਣਾ ਧਿਆਨ ਆਪਣੇ ਟਾਰਗੇਟ 'ਤੇ ਰੱਖਦੇ ਸਨ, ਜਿੱਥੇ ਉਹ ਵਾਰ ਕਰਦੇ ਸੀ ਵਾਰ ਉੱਥੇ ਲੱਗਦਾ ਸੀ ਜਾ ਕੇ। ਸੋ ਇਹ ਬਾਣੀ ਸਿੰਘ ਪੁਰਾਤਨ ਪੜ੍ਹਿਆ ਕਰਦੇ, ਸਿੱਧ ਕਰਿਆ ਕਰਦੇ ਸਨ। ਇਹਦੇ ਵਿੱਚੋਂ ਪਹਿਲਾ ਅਧਿਆਇ ਜੋ ਹੈ ਉਹ ਰੋਜ਼ ਨਿਤਨੇ ਅੱਜ ਵੀ ਕਈ ਸਿੰਘ ਪੜ੍ਹਦੇ ਹਨ, ਬਾਕੀ ਸਾਰੀ ਬਾਣੀ ਤਾਂ ਕੋਈ ਬਿਰਲਾ ਹੀ ਪੜ੍ਹਦਾ ਪਰ ਜਿਹੜਾ ਪਹਿਲਾ ਅਧਿਆਇ ਹੈ ਇਹ 27 ਪੌੜੀਆਂ ਬਹੁਤ ਸਾਰੇ ਸਿੰਘ ਗੁਟਕੇ ਸਾਹਿਬ ਵਿੱਚ ਛਪੀਆਂ ਹੁੰਦੀਆਂ, ਜੋ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਗੁਟਕਾ ਛਪਿਆ ਹੋਇਆ ਸੁੰਦਰ ਗੁਟਕਾ ਉਹਦੇ ਵਿੱਚ ਵੀ ਹੈ, ਜੋ ਹਜ਼ੂਰ ਸਾਹਿਬ ਤੋਂ ਗੁਟਕੇ ਛਪੇ ਹਨ ਉਹਦੇ ਵਿੱਚ ਵੀ ਹੈ, ਅਤੇ ਹੋਰ ਵੀ ਸੰਪਰਦਾਵਾਂ ਦਮਦਮੀ ਟਕਸਾਲ ਅਤੇ ਨਿਰਮਲੇ ਮਹਾਤਮਾ ਜਿਹੜੇ ਬਾਣੀ ਦੇ ਬਹੁਤੇ ਅਭਿਆਸੀ ਉਹ ਇਸ ਪਾਠ ਨੂੰ ਰੋਜ਼ ਕਰਿਆ ਕਰਦੇ ਸਨ, ਹੁਣ ਵੀ ਕਰਦੇ। ਆਓ ਆਪਾਂ ਇਹਦੇ ਵਿੱਚੋਂ ਕੁਝ ਬਚਨ ਮਹਾਰਾਜ ਦੀ ਬਾਣੀ ਦੇ ਸ਼ਸਤਰਾਂ ਦੇ ਪ੍ਰਥਾਏ ਜੋ ਮਹਾਰਾਜ ਨੇ ਉਪਮਾ ਕੀਤੀ। ਇਹ ਸ਼ਸਤਰ ਕੇਵਲ ਲੋਹੇ ਦੇ ਸ਼ਸਤਰਾਂ ਦੀ ਗੱਲ ਨਹੀਂ ਹੈ, ਇਹ ਅਕਾਲ ਪੁਰਖ ਦੀ ਉਸ ਅਗੰਮੀ ਸ਼ਕਤੀ ਐਨਰਜੀ ਪਾਵਰ ਉਹ ਜਿਹੜੀ ਸਰਬਲੋ 'ਚ ਵਰਤੀ ਹੈ। ਆਖੋ ਸ੍ਰੀ ਵਾਹਿਗੁਰੂ। ਕਈ ਲੋਕ ਸਮਝਦੇ ਆ ਵੀ ਬਸ ਇਹ ਤਾਂ ਲੋਹਾ ਹੀ ਹੈ ਜੀ, ਕਈ ਬਹੁਤ ਨਿਰਾਦਰ ਵਾਲੇ ਸ਼ਬਦ ਬੋਲ ਦਿੰਦੇ, ਉਹਨਾਂ ਨੂੰ ਪਤਾ ਨਹੀਂ ਹੁੰਦਾ, ਗਿਆਨ ਨਹੀਂ ਹੁੰਦਾ, ਉਹ ਸ਼ਸਤਰਾਂ ਦੀ ਤਾਕਤ ਨੂੰ ਜਾਣਦੇ ਨਹੀਂ। ਮਹਾਰਾਜ ਨੇ ਸ਼ਸਤਰਾਂ ਦੀ ਤਾਕਤ ਨੂੰ ਮਹਿਸੂਸ ਕੀਤਾ। ਸਾਹਿਬ ਗੁਰੂ ਗੋਬਿੰਦ ਸਿੰਘ ਜਿੱਥੇ ਵੀ ਬੈਠਦੇ ਸਨ ਦੋ ਤਖ਼ਤ ਪੋਸ਼ ਲੱਗਦੇ, ਦੋ ਚੰਦੋਏ ਲੱਗਦੇ ਸਨ। ਕੋਟਕਪੂਰੇ ਜਦੋਂ ਮਹਾਰਾਜ ਗਏ ਨੇ ਉੱਥੇ ਕਥਾ ਆਉਂਦੀ ਹੈ ਵੀ ਮਹਾਰਾਜ ਦਸਵੇਂ ਪਾਤਸ਼ਾਹ ਜੀ ਬੈਠੇ ਦਰਬਾਰ ਲਾ ਕੇ, ਕਪੂਰਾ ਚੌਧਰੀ ਆਇਆ ਮੱਥਾ ਟੇਕਣ ਵਾਸਤੇ।
ਅਤੇ ਕਪੂਰੇ ਨੇ ਚਾਦਰ ਬੰਨ੍ਹੀ ਹੋਈ ਅਤੇ ਚਾਦਰ ਜਿਹੜੀ ਸੀ ਨਾ ਉਹ ਪਿੱਛੋਂ ਦੀ ਮਿੱਟੀ ਉਡਾਉਂਦੀ ਆ ਰਹੀ। ਭਾਈ ਮਲਿਆਕਰ ਸਿੰਘ ਕਹਿੰਦੇ, ਚੌਧਰੀ ਆ ਚਾਦਰ ਸੰਭਾਲ ਕੇ ਤੁਰ, ਤੇਰੀ ਚਾਦਰ ਨਾਲ ਮਿੱਟੀ ਉੱਡਦੀ, ਸ਼ਸਤਰਾਂ 'ਤੇ ਪੈਂਦੀ। ਉਹਨੇ ਬੜੀ ਮਹਿਸੂਸ ਕੀਤਾ ਵੀ ਮੇਰੀ ਬੇਇੱਜ਼ਤੀ ਕਰਤੀ। ਆ ਕੇ ਪੱਥਰ ਠੇਕਿਆ ਮਹਾਰਾਜ ਨੂੰ, ਕੀ ਦੇਖਿਆ ਵੀ ਇੱਕ ਤਖ਼ਤ ਪੋਸ਼ 'ਤੇ ਸਤਿਗੁਰੂ ਬੈਠੇ ਆ, ਸੀਸ 'ਤੇ ਚੌਰ ਝੁੱਲ ਰਿਹਾ, ਚੰਦੋਆ ਲੱਗਾ, ਇੱਕ ਨਾਲ ਹੋਰ ਤਖ਼ਤ ਪੋਸ਼ ਲੱਗਾ ਹੋਇਆ, ਉਹਦੇ 'ਤੇ ਵੀ ਚੰਦੋਆ ਲੱਗਾ, ਉਹਦੇ 'ਤੇ ਵੀ ਚੌਰ ਹੋ ਰਿਹਾ, ਉੱਤੇ ਸ਼ਸਤਰ ਪਏ। ਚੌਧਰੀ ਨੇ ਪੁੱਛਿਆ, ਮਹਾਰਾਜ ਗੁਰੂਆਂ ਪੀਰਾਂ 'ਤੇ ਚੰਦੋਏ ਲੱਗਦੇ ਨੇ, ਗੁਰੂ ਪੀਰਾਂ ਦੇ ਸਿਰ 'ਤੇ ਚੌਰ ਹੁੰਦੇ ਨੇ, ਪਰ ਕਦੀ ਮੈਂ ਲੋਹੇ ਦੇ ਸ਼ਸਤਰਾਂ ਉੱਤੇ ਚੌਰ ਹੁੰਦੇ ਨਹੀਂ ਵੇਖੇ। ਇਹ ਸ਼ਸਤਰ ਜਿਹੜੇ ਹਨ, ਹਥਿਆਰ ਜਿਹੜੇ ਹਨ, ਇਹਨਾਂ 'ਤੇ ਤੁਸੀਂ ਚੌਰ ਕਿਉਂ ਕਰਵਾ ਰਹੇ ਹੋ, ਇਹਨਾਂ 'ਤੇ ਚੰਦੋਆ ਕਿਉਂ ਲਾਇਆ? ਸਤਿਗੁਰੂ ਕਹਿਣ ਲੱਗੇ, ਚੌਧਰੀ ਪਹਿਲਾਂ ਇਹ ਦੱਸ ਵੀ ਤੁਸੀਂ ਗੁਰੂ ਲੋਕਾਂ 'ਤੇ ਚੌਰ ਕਿਉਂ ਕਰਦੇ ਹੋ, ਮੱਥਾ ਕਿਉਂ ਟੇਕਦੇ ਹੋ? ਕਹਿੰਦਾ, ਜੀ ਸਾਡੇ ਗੁਰੂ ਨੇ। ਮਹਾਰਾਜ ਕਹਿੰਦੇ, ਜਿਵੇਂ ਅਸੀਂ ਤੁਹਾਡੇ ਗੁਰੂ ਹਾਂ ਨਾ, ਇਹ ਸ਼ਸਤਰ ਸਾਡੇ ਗੁਰੂ ਨੇ। ਇਹਨਾਂ ਸ਼ਸਤਰਾਂ ਤੋਂ ਸ਼ਕਤੀ ਲੈ ਕੇ ਅਸੀਂ ਵੈਰੀਆਂ ਦੇ ਦੰਦ ਖੱਟੇ ਕੀਤੇ, ਜ਼ਾਲਮਾਂ ਨੂੰ ਨੱਥ ਪਾਈ ਹੈ। ਜੇ ਸ਼ਸਤਰ ਸਾਡੇ ਕੋਲ ਨਾ ਹੁੰਦੇ, ਸ਼ਕਤੀ ਸਾਡੇ ਕੋਲ ਨਾ ਹੁੰਦੀ, ਅਸੀਂ ਆਪਣੇ ਵੈਰੀਆਂ ਸ਼ਤਰੂਆਂ ਨੂੰ ਕਿਵੇਂ ਫਤਿਹ ਕਰਦੇ? ਸ਼ਸਤਰਾਂ ਕੇ ਅਧੀਨ ਹੈ ਰਾਜ, ਜੋ ਨਾ ਧਰੈ ਤਿਸ ਬਿਗਰੈ ਕਾਜ, ਯਾ ਤੇ ਸਰਬ ਖਾਲਸਾ ਸੁਣੀਐ। ਆਯੁਧ ਧਰਬੇ, ਆਯੁਧ ਸ਼ਸਤਰਾਂ ਨੂੰ ਕਹਿੰਦੇ ਨੇ, ਆਯੁਧ ਧਰਬੇ ਉੱਤਮ ਗੁਣੀਐ, ਜਬ ਹਮਰੇ ਦਰਸ਼ਨ ਕੋ ਆਵੋ, ਬਨ ਸੁਚੇਤ ਤਨ ਸ਼ਸਤਰ ਸਜਾਵੋ, ਕਮਰ ਕਸਾ ਕਰ ਦਿਓ ਦਿਖਾਈ, ਹਮਰੀ ਖੁਸ਼ੀ ਹੋਏ ਦਿਖਾਈ। ਇਹ ਮਹਾਰਾਜ ਦਸਮ ਪਾਤਸ਼ਾਹ ਦਾ ਹੁਕਮ ਹੈ। ਸਤਿਗੁਰੂ ਕਹਿੰਦੇ, ਸ਼ਸਤਰਾਂ ਦੇ ਚੌਰ ਇਸ ਕਰਕੇ ਕਰਵਾਉਂਦੇ ਆ, ਇਹ ਸਾਡੇ ਗੁਰੂ ਪੀਰ ਨੇ, ਇਹਨਾਂ ਦਾ ਸਤਿਕਾਰ ਹੈ। ਸਾਧ ਸੰਗਤ ਜੀ, ਆਪਣੇ ਤਖ਼ਤਾਂ 'ਤੇ ਜਾ ਕੇ ਦਰਸ਼ਨ ਕਰੋ। ਸ੍ਰੀ ਅਕਾਲ ਤਖ਼ਤ ਸਾਹਿਬ, ਕੇਸਗੜ੍ਹ ਸਾਹਿਬ, ਪਟਨਾ ਸਾਹਿਬ, ਹਜ਼ੂਰ ਸਾਹਿਬ, ਤੁਸੀਂ ਦੇਖੋਗੇ ਸ਼ਸਤਰਾਂ ਦਾ ਪ੍ਰਕਾਸ਼ ਉੱਚੀ ਥਾਂ 'ਤੇ ਕੀਤਾ ਜਾਂਦਾ। ਕਿਉਂ ਕੀਤਾ ਜਾਂਦਾ? ਕਿਉਂਕਿ ਸ਼ਸਤਰ ਜਿਹੜੇ ਨੇ ਉਹ ਗੁਰੂਆਂ ਦੇ ਸਮੇਂ ਤੋਂ ਹੀ ਸਤਿਕਾਰਯੋਗ ਨੇ। ਆਓ, ਸ਼ਸਤਰ ਨਾਮ ਵਾਲਾ ਮਹਾਰਾਜ ਸਾਹਿਬ ਜੀ ਦੀ ਬਾਣੀ, ਇਹਦੇ 'ਚੋਂ ਕੁਝ ਬਚਨ ਸੁਣੀਏ। ਜੋ ਸੰਗਤ ਦਾ ਹੁਕਮ ਹੋਇਆ ਸੀ, ਪਿਆਰ ਨਾਲ ਸਾਰੀ ਸੰਗਤ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਇੱਕ ਓਅੰਕਾਰ, ਇੱਕ ਪਰਮਾਤਮਾ ਵਾਹਿਗੁਰੂ, ਸਾਰੀ ਸ੍ਰਿਸ਼ਟੀ ਦਾ ਮੂਲ ਇੱਕੋ ਓਅੰਕਾਰ ਹੀ ਹੈ। ਕਈ ਲੋਕ ਸਮਝਦੇ ਆ ਵੀ ਇਹ ਜਿਹੜੀ ਸ਼ਸਤਰਾਂ ਵਾਲੀ ਫਿਲਾਸਫੀ ਹੈ ਨਾ, ਇਹ ਗੁਰੂ ਗੋਬਿੰਦ ਸਿੰਘ ਨੇ ਪਤਾ ਨਹੀਂ ਕਿੱਥੋਂ ਵੱਖਰੇ ਪਾਸਿਓਂ ਲਿਆਂਦੀ। ਨਹੀਂ ਖਾਲਸਾ ਜੀ, ਇਹ ਵੀ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਹੈ। ਇਹਦਾ ਪ੍ਰਮਾਣ ਇਹ ਹੈ ਵੀ ਇਸ ਤੋਂ ਪਹਿਲਾਂ ਮਹਾਰਾਜ ਇੱਕ ਓਅੰਕਾਰ ਲਿਖ ਰਹੇ। ਸਾਰਿਆਂ ਦਾ ਪ੍ਰਕਾਸ਼ਕ ਇੱਕ ਹੀ ਹੈ, ਇੱਕ ਤੋਂ ਹੀ ਸਾਰੀ ਸ੍ਰਿਸ਼ਟੀ ਹੈ, ਇੱਕ ਤੋਂ ਹੀ ਭਗਤੀ ਵਾਲਾ ਮਾਰਗ ਹੈ, ਇੱਕ ਤੋਂ ਹੀ ਸ਼ਕਤੀ ਵਾਲਾ ਮਾਰਗ ਹੈ। ਵਾਸਤਵ ਵਿੱਚ ਭਗਤੀ ਸ਼ਕਤੀ ਇੱਕੋ ਹੀ ਨੇ, ਦੋ ਨਹੀਂ। ਦੋ ਤਾਂ ਸਾਡੀਆਂ ਅੱਖਾਂ 'ਚ ਫਰਕ ਪਿਆ ਹੋਇਆ। ਮਹਾਂਪੁਰਸ਼ ਕੱਲ੍ਹ ਕਥਾ ਕਰ ਰਹੇ ਸੀ ਅਤੇ ਬੜੇ ਸੋਹਣੇ ਢੰਗ ਨਾਲ ਦੱਸਿਆ ਵੀ ਦਵੈਤ ਅਦਵੈਤ ਕੀ ਹੁੰਦੀ। ਅਦਵੈਤ ਹੁੰਦੀ ਵੀ ਇੱਕੋ ਹੀ ਦੇਖਣਾ, ਦਵੈਤ ਹੁੰਦੀ ਦੋ ਦੇਖਣੇ, ਵੀ ਚੰਗਾ ਮਾੜਾ, ਵਧੀਆ ਘਟੀਆ, ਆਪਣਾ ਬਗਾਨਾ, ਸਹੀ ਗਲਤ, ਹਿੰਦੂ ਮੁਸਲਮਾਨ, ਸਿੱਖ ਈਸਾਈ, ਇਹ ਜਿਹੜਾ ਦੋ, ਇਹ ਦੋ ਦ੍ਰਿਸ਼ਟੀ ਨਾਲ ਦਿਸਦਾ। ਜਦੋਂ ਇੱਕ ਦਿਖਦਾ, ਸਭ ਮੈਂ ਜੋਤ, ਜੋਤ ਹੈ ਸੋਏ, ਦਿਸਦਾ ਚਾਨਣ, ਸਭ ਮੈਂ ਚਾਨਣ ਹੋਏ, ਫਿਰ ਇੱਕ ਹੀ ਹੁੰਦਾ।
ਉਹਦੇ ਵਿੱਚ ਭਾਵੇਂ ਕੋਈ ਮਾਲਾ ਫੇਰ ਰਿਹਾ ਹੋਵੇ ਅਤੇ ਭਾਵੇਂ ਕੋਈ ਦੇਗ ਚਲਾ ਰਿਹਾ ਹੋਵੇ, ਇੱਕੋ ਹੀ ਹੁੰਦਾ। ਆਪਾਂ ਰੋਜ਼ ਅਰਦਾਸ ਕਹਿੰਦੇ ਜਿਨ੍ਹਾਂ ਨੇ ਦੇਗ ਚਲਾਈ ਦੇਗ ਵਾਹੀ, ਦੇਗ ਚਲਾਉਣੀ ਲੰਗਰ ਚਲਾਇਆ, ਨਾਮ ਜਪਿਆ, ਸੇਵਾ ਕੀਤੀ, ਦੇਗ ਜੰਗ ਦੇ ਮੈਦਾਨ 'ਚ ਖੜਕਾਈ। ਦੋਵੇਂ ਹੀ ਅਕਾਲ ਪੁਰਖ ਦੇ ਹੁਕਮ ਵਿੱਚ ਸਾਨੂੰ ਦੋ ਲੱਗਦੇ ਨੇ, ਕਹਿਣੇ ਵੀ ਦੋ ਪੈਂਦੇ ਨੇ, ਪਰ ਹੈ ਇੱਕੋ ਹੀ। ਆਖੋ ਸ੍ਰੀ ਵਾਹ, ਇੱਕ ਇੱਕ ਹੀ ਹੈ ਪਹਿਲੇ, ਇੱਕ ਓਅੰਕਾਰ, ਉਹ ਪਰਮਾਤਮਾ ਸਾਰਿਆਂ ਦਾ ਪ੍ਰਕਾਸ਼ਕ ਹੈ। ਤੇ ਹਾਂਜੀ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭੈਣੇ ਸ਼੍ਰੋਮਣੀ ਸੁਭਾਏ ਮਾਨ ਜੋ ਸ਼ਕਤੀ ਸੰਪਾਨ ਉਹਨੂੰ ਸ੍ਰੀ ਕਹਿੰਦੇ ਆ, ਵਾਹਿਗੁਰੂ ਜੋ ਸਾਰਿਆਂ ਦਾ ਅਧਿਸ਼ਠਾਨ ਆਸਰਾ ਹੈ, ਜਿਸ ਨੂੰ ਅਸਚਰਜ ਰੂਪ ਕਹਿੰਦੇ ਹਨ। ਜੇ ਹੁਣ ਆਪਾਂ ਵਾਹਿਗੁਰੂ ਦੇ ਅਰਥ ਕਰਨ ਲੱਗ ਜਾਈਏ ਤਾਂ ਸਮਾਂ ਜ਼ਿਆਦਾ ਲੱਗ ਜਾਣਾ। ਇਹ ਬੜਾ ਡੂੰਘਾ ਵਿਸ਼ਾ, ਵਾਹਿ ਨਾਮ ਅਸਚਰਜ ਕੋ ਹੋਈ, ਅਸਚਰਜ ਤੇ ਪਰ ਉਕਤ ਨਾ ਕੋਈ। ਵਾਹ ਨਾਮ ਅਸਚਰਜ ਦਾ ਹੈ ਅਤੇ ਗੁਰੂ ਨਾਮ ਪ੍ਰਕਾਸ਼ ਕਰਨ ਵਾਲੇ ਦਾ, ਜੋ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਦੀਵਾ ਬਾਲ ਦੇਵੇ ਉਹਨੂੰ ਗੁਰੂ ਕਹਿੰਦੇ। ਵਾਹਿਗੁਰੂ ਪਰਮੇਸ਼ਰ ਜੀ ਕੀ ਫਤਿਹ ਹੈ। ਉਸ ਅਕਾਲ ਪੁਰਖ ਦੀ ਹਰ ਮੈਦਾਨ ਫਤਿਹ। ਮਹਾਰਾਜ ਦਸਵੇਂ ਪਾਤਸ਼ਾਹ ਜਦੋਂ ਪੌਂਟੇ ਸਾਹਿਬ ਜੰਗ ਜਿੱਤ ਕੇ ਆਏ ਨਾ, ਦੋ ਵਧਾਈਆਂ ਮਿਲੀਆਂ ਮਹਾਰਾਜ ਨੂੰ, ਇੱਕ ਤਾਂ ਜੰਗ ਜਿੱਤਣ ਦੀ ਅਤੇ ਦੂਸਰੀ ਪੁੱਤਰ ਹੋਣ ਦੀ। ਉੱਧਰੋਂ ਸਾਹਿਬਜ਼ਾਦੇ ਦਾ ਜਨਮ ਹੋ ਗਿਆ, ਬਾਬਾ ਅਜੀਤ ਸਿੰਘ ਉੱਧਰੋਂ ਜੰਗ ਜਿੱਤ ਕੇ ਆਏ। ਸਿੰਘਾਂ ਨੇ ਆਖਿਆ, ਮਹਾਰਾਜ ਵਧਾਈ ਹੋਵੇ, ਤੁਹਾਡੀ ਜਿੱਤ ਹੋਈ ਹੈ, ਨਾਲੇ ਸਾਹਿਬਜ਼ਾਦੇ ਦਾ ਜਨਮ ਹੋਇਆ। ਮਹਾਰਾਜ ਕਹਿੰਦੇ, ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ, ਇਹ ਮੇਰੀ ਜਿੱਤ ਨਹੀਂ, ਅਕਾਲ ਪੁਰਖ ਦੀ ਕਿਰਪਾ ਦੀ ਜਿੱਤ ਹੋਈ ਹੈ। ਉਦੋਂ ਤੋਂ ਇਹ ਬਚਨ ਹੋਇਆ ਵੀ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਦੀ ਫਤਿਹ ਹੈ। ਖਾਲਸਾ ਵੀ ਵਾਹਿਗੁਰੂ ਦਾ, ਜਿਹਦੀ ਫੌਜ ਹੁੰਦੀ ਹੈ ਨਾ, ਉਹ ਜਿੱਤ ਕੇ ਆਉਂਦੀ ਹੈ, ਉਹਦਾ ਸਿਹਰਾ ਉਹਦੇ ਮਾਲਕ ਦੇ ਸਿਰ 'ਤੇ ਬੱਝਦਾ। ਫਤਿਹ ਪ੍ਰਾਪਤ ਕਰਕੇ ਆਉਂਦੀ ਫੌਜ, ਮੰਨ ਲਓ ਅਮਰੀਕਾ ਦੀ ਫੌਜ ਹੈ ਅਤੇ ਅਮਰੀਕਾ ਦੀ ਫੌਜ ਕਿਤੇ ਜੰਗ ਜਿੱਤ ਕੇ ਆਵੇਗੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਸਿਹਰਾ ਜਾਂਦਾ ਵੀ ਉਹ ਜਿੱਤ ਗਏ। ਇਹ ਫੌਜ ਅਕਾਲ ਪੁਰਖ ਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਫੌਜ ਅਕਾਲ ਪੁਰਖ ਦੀ ਹੈ ਅਤੇ ਜਿਹੜਾ ਇਹ ਮੋਰਚਾ ਫਤਿਹ ਕਰਦੀ ਹੈ, ਉਹਦਾ ਸਿਹਰਾ ਵੀ ਵਾਹਿਗੁਰੂ ਦੇ ਸਿਰ 'ਤੇ। ਭਾਈ ਜੀਤ ਮੇਰੀ ਕਿਰਪਾ ਕਾਲ ਕੇ, ਇਹ ਫਤਿਹ ਮਹਾਰਾਜ ਨੇ ਦਿੱਤੀ। ਅੱਜ ਕੱਲ੍ਹ ਕਈ ਉਹ ਦਸਮ ਪਾਤਸ਼ਾਹ ਦੀ ਬਾਣੀ ਦਾ ਵਿਰੋਧ ਕਰਨ ਨਾਲ ਕਿ ਫਤਿਹ ਬੜੀ ਗੱਜ ਕੇ ਬੁਲਾਉਂਦੇ, ਫਤਿਹ ਦਸਮ ਪਾਣੀ ਬਾਣੀ ਦਾ ਵਿਰੋਧ ਕਰਨ ਤੋਂ ਪਹਿਲਾਂ ਫਤਿਹ ਬੁਲਾਉਂਦੇ ਅਤੇ ਫਿਰ ਕਹਿੰਦੇ ਵੀ ਦਸਮ ਦੀ ਬਾਣੀ ਕੋਈ। ਉਹਨਾਂ ਪਹਿਲਾਂ ਫਤਿਹ ਕਿੱਥੋਂ ਲਿਆਉਂਦੀ ਹੈ, ਫਤਿਹ ਵੀ ਦਸਮ ਦੀ ਬਾਣੀ 'ਚੋਂ ਬੋਲ ਰਹੇ ਹੋ, ਉਸੇ ਦਾ ਹੀ ਖੰਡਨ ਕਰ ਰਹੇ ਹੋ। ਜਿਹਦੇ ਤੁਸੀਂ ਆਸਰਾ ਲੈ ਕੇ ਗੱਲ ਸ਼ੁਰੂ ਕੀਤੀ ਹੈ, ਜਿਹੜਾ ਕਹੇ ਨਾ ਵੀ ਵਾਹਿ ਖਾਲਸਾ ਵਾਹਿ ਫਤਿਹ ਦਸਮ ਦੀ ਗੱਲ, ਉਹਨੂੰ ਕਹੋ ਭਾਈ ਪਹਿਲਾਂ ਫਤਿਹ ਛੱਡ। ਫਤਿਹ ਕਿਉਂ ਬੋਲਦਾ, ਫਤਿਹ ਲੋਕਾਂ ਨੂੰ ਭੁਲੇਖਾ ਪਾਉਣ ਵਾਸਤੇ ਵੀ ਅਸੀਂ ਸਿੱਖਿਆ। ਇਹ ਵਾਹਿਗੁਰੂ ਜੀ ਕੀ ਫਤਿਹ ਹੈ, ਮਹਾਰਾਜ ਨੇ ਦਸਮ ਪਾਤਸ਼ਾਹ ਨੇ ਦਿੱਤੀ ਸਾਨੂੰ, ਇਹ ਅਕਾਲ ਪੁਰਖ ਦੀ। ਹਾਂਜੀ, ਸ੍ਰੀ ਭਗਵਤੀ ਜੀ ਸਹਾਇ, ਸ੍ਰੀ ਭਗਵਤੀ ਆਦਿ ਸ਼ਕਤੀ ਮਾਇਆ ਜੋ ਸੰਸਾਰ ਨੂੰ ਪੈਦਾ ਕਰਨ ਵਾਲੀ ਹੈ, ਅਕਾਲ ਪੁਰਖ ਦੀ ਤਾਕਤ ਹੈ। ਜਿਵੇਂ ਸਾਧ ਸੰਗਤ ਜੀ, ਦਰਖਤ ਦੀ ਛਾਂ ਦਰਖਤ ਤੋਂ ਵੱਖਰੀ ਨਹੀਂ ਹੁੰਦੀ, ਬਲਵਾਨ ਅਤੇ ਬਲ, ਪਾਵਰ ਅਤੇ ਪਾਵਰਫੁੱਲ ਇੱਕੋ ਹੀ ਹੁੰਦੇ ਆ। ਪਾਵਰ ਨਾਲ ਹੀ ਪਾਵਰਫੁੱਲ ਹੁੰਦਾ, ਸ਼ਕਤੀ ਨਾਲ ਹੀ ਸ਼ਕਤਾ ਹੁੰਦਾ। ਅਕਾਲ ਪੁਰਖ ਦੀ ਸ਼ਕਤੀ ਅਕਾਲ ਪੁਰਖ ਤੋਂ ਭਿੰਨ ਨਹੀਂ ਹੈ, ਅਭੇਦ ਹੈ, ਇੱਕ ਹੀ ਹੈ। ਆਖੋ ਵਾਹਿਗੁਰੂ। ਅਕਾਲ ਪੁਰਖ ਦੀ ਸ਼ਕਤੀ ਸ੍ਰੀ ਭਗਵਤੀ ਜੀ ਹੈ, ਸ੍ਰੀ ਭਗਵਤੀ ਜੀ ਸਹਾਏ, ਉਹ ਸਦਾ ਹੀ ਸਾਡੇ ਅੰਗ ਸੰਗ ਰਹਿਣ, ਸਹਾਇਤਾ ਕਰਨ। ਸਾਡੇ ਮਾਤਾ ਸਾਹਿਬ ਦੇਵਾਂ ਜੀ ਜੋ ਹਨ, ਉਹ ਅਕਾਲ ਪੁਰਖ ਦੀ ਸ਼ਕਤੀ ਦਾ ਹੀ ਰੂਪ ਆਏ ਹਨ। ਆਖੋ ਸਤਨਾਮ ਸਿੰਘ।
ਅਕਾਲ ਪੁਰਖ ਦੀ ਸ਼ਕਤੀ ਮਾਤਾ ਜੀ ਆਏ ਨੇ, ਤੁਹਾਡਾ ਡੋਲਾ ਗੁਰੂ ਘਰ ਦੇ ਵਿੱਚ ਰਹੇ ਨੇ, ਸਾਹਿਬ ਕਲਗੀਧਰ ਪਾਤਸ਼ਾਹ ਮਹਾਰਾਜ ਸਾਡੇ ਪਿਤਾ ਨੇ ਅਕਾਲ ਪੁਰਖ ਦਾ ਸਰੂਪ, ਅਤੇ ਸਾਹਿਬ ਮਾਤਾ ਜੀ ਸਾਡੇ ਮਾਤਾ ਜੀ ਨੇ, ਉਹਨਾਂ ਦੀ ਗੋਦੀ 'ਚ ਮਹਾਰਾਜ ਨੇ ਖਾਲਸਾ ਪਾਇਆ ਹੈ। ਮਾਤਾ ਸਾਹਿਬ ਦੇਵਾਂ ਜੀ ਨੂੰ ਮਾਤਾ ਬਣਾਇਆ, ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸ਼੍ਰੀ ਭਗਵਤੀ ਜੀ ਸਹਾਇ, ਸਦਾ ਹੀ ਸਦਾ ਖਾਲਸੇ ਦੇ ਅੰਗ ਸੰਗ ਰਹੇ, ਸਹਾਇਤਾ ਕਰੇ। ਅੱਜ ਇਹ ਸ਼ਸਤਰ ਬਸਤਰ ਸਜਾਏ ਨੇ, ਇਹ ਅਕਾਲ ਪੁਰਖ ਦੀ ਸ਼ਕਤੀ ਨਾਲ ਹੀ ਸਜਾਏ ਹੋਏ ਨੇ। ਹਾਂਜੀ, ਹੱਥ ਸ਼੍ਰੀ ਸ਼ਸਤਰ ਨਾਮ ਮਾਲਾ ਪੁਰਾਣ ਲਿਖਿਅਤੇ, ਹੱਥ ਮੈਨੇ ਹੁਣ ਮਹਾਰਾਜ ਸਾਹਿਬ ਜੀ ਸ਼੍ਰੀ ਸੁਭਾਏ ਮਾਨ ਸੋਭਾ ਵਾਲਾ ਇਹ ਗ੍ਰੰਥ ਸ਼ਸਤਰ ਨਾਮ ਵਾਲਾ ਪੁਰਾਣ ਲਿਖਦੇ ਹਾਂ। ਹਾਂਜੀ, ਪਾਤਸ਼ਾਹੀ ਦਸਵੀਂ ਪਾਤਸ਼ਾਹੀ ਦਾ ਇਹ ਬਚਨ ਹੈ, ਕਲਗੀਧਰ ਪਾਤਸ਼ਾਹ ਉਚਾਰਨ ਕਰ ਰਹੇ ਨੇ ਸ਼ਸਤਰਾਂ ਦੀ ਮਹਿਮਾ, ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰਮੇਸ਼ਰ ਦੇ ਨਾਮ ਦੱਸੇ ਨਾ, ਇੱਥੇ ਮਹਾਰਾਜ ਸ਼ਸਤਰਾਂ ਦੇ ਨਾਮਾਂ ਦੀ ਮਾਲਾ ਪਰੋ ਰਹੇ ਨੇ। ਜਿਵੇਂ ਮਾਲਾ ਉੱਤੇ ਆਪਾਂ ਵਾਹਿਗੁਰੂ ਜਪਦੇ ਹਾਂ, ਇਹ ਮਹਾਰਾਜ ਆਪਣੀ ਬਾਣੀ ਦੁਆਰਾ, ਆਪਣੀ ਰਸਨਾ ਦੁਆਰਾ ਵਾਹਿਗੁਰੂ ਦੇ ਨਾਮ ਸ਼ਸਤਰਾਂ ਦੇ ਰੂਪ ਵਿੱਚ ਹੈ। ਇਹ ਪਰਮੇਸ਼ਰ ਦੇ ਨਾਮ ਨੇ, ਰੱਬ ਅਤੇ ਸ਼ਸਤਰ ਇੱਕੋ ਹੀ ਰੂਪ ਮਹਾਰਾਜ ਨੇ ਬਿਆਨ ਕੀਤੇ, ਦੋ ਨਹੀਂ, ਇੱਕ ਹੀ ਪਰਮੇਸ਼ਰ ਸ਼ਸਤਰ ਰੂਪ ਧਾਰਨ ਕਰੀ ਬੈਠਾ। ਇਸ ਤਰ੍ਹਾਂ ਬ੍ਰਹਮ ਗਿਆਨੀ ਗੁਰਸਿੱਖ ਜਿਹੜੇ ਅਭਿਆਸੀ ਹਨ, ਉਹ ਸਾਧਕ ਹਨ, ਉਹ ਇਸ ਬਾਣੀ ਦਾ ਸਾਧਨ ਕਰਦੇ, ਅਭਿਆਸ ਕਰਦੇ ਹਨ। ਦੋਹਰਾ ਸਾਂਗ ਸਰੂਹੀ ਸੈਫ ਅਸ, ਮਹਾਰਾਜ ਕਹਿੰਦੇ ਸਾਂਗ ਹੁੰਦੀ ਹੈ ਸਾਸ ਜੀ, ਇੱਕ ਤਰ੍ਹਾਂ ਦਾ ਪਰਚਾ। ਹੁਣ ਮੈਂ ਇੱਥੇ ਕਈ ਸ਼ਸਤਰ ਹੈ ਨਹੀਂ ਜਿਹੜੇ ਤੁਹਾਨੂੰ ਦਿਖਾ ਦਈਏ। ਸਾਂਗ ਇੱਕ ਬਰਛਾ ਹੁੰਦਾ, ਪਰ ਉਹਦੀ ਆਮ ਬਰਛੇ ਨਾਲੋਂ ਇਹ ਫਰਕ ਹੁੰਦਾ ਵੀ ਉਹਦਾ ਜਿਹੜਾ ਡੰਡਾ ਹੁੰਦਾ ਨਾ, ਉਹ ਲੱਕੜ ਦਾ ਨਹੀਂ ਹੁੰਦਾ, ਉਹ ਲੋਹੇ ਦੀ ਛੜ ਹੁੰਦੀ ਹੈ। ਜਿਵੇਂ ਆਪਾਂ ਕਈ ਜਗ੍ਹਾ 'ਤੇ ਤਖਤਾਂ 'ਤੇ ਪੁਰਾਤਨ ਸ਼ਸਤਰ ਦਰਸ਼ਨ ਕਰਦੇ, ਹਜ਼ੂਰ ਸਾਹਿਬ ਹੈਨ ਸ਼ਸਤਰ, ਉਹ ਸਾਰੀ ਉੱਪਰ ਵਾਲਾ ਨੇਜਾ ਵੀ, ਜਿਹੜਾ ਭਾਲਾ ਜਿਹਨੂੰ ਕਹਿੰਦੇ ਹਾਂ, ਅਗਲੀ ਨੋਕਦਾਰ ਉਹ ਵੀ, ਅਤੇ ਜਿਹੜਾ ਪਿੱਛੇ ਉਹ ਤਾਂ ਲੋਹੇ ਦਾ ਹੋਣਾ ਹੀ ਹੈ, ਜਿਹੜੀ ਉਹਦੀ ਡੰਡਾ ਹੈ ਨਾ, ਜਿਹੜਾ ਜਦੋਂ ਫੜਿਆ ਜਾਂਦਾ ਉਹ ਵੀ ਲੋਹੇ ਦਾ। ਮਾਤਾ ਜੀ, ਮਾਤਾ ਭਾਗੋ ਜੀ ਦਾ ਕਹਿੰਦੇ ਆ ਵੀ ਉੱਥੇ ਜਿਹੜਾ ਮਾਤਾ ਜੀ ਨੇ ਸਾਂਗ ਵਰਤੀ ਸੀ ਜੰਗ ਦੇ ਵਿੱਚ, ਉਹ ਲੋਹੇ ਦੀ ਛੜ ਵਾਲੀ ਸੀਗੀ। ਭਾਈ ਸੂਰਜ ਪ੍ਰਕਾਸ਼ ਭਾਈ ਸੰਤੋਖ ਸਿੰਘ ਦੱਸਿਆ, ਉਹ ਸਾਂਗ ਬੜੀ ਭਾਰੀ ਹੁੰਦੀ, ਉਹ ਜਿੱਥੇ ਮਾਰਦੇ ਉਹ ਆਪਣੇ ਭਾਰ ਦੇ ਨਾਲ ਹੀ ਦੁਸ਼ਮਣ ਦੀ ਛਾਤੀ ਧੱਸ ਜਾਂਦੀ ਹੈ, ਘੋੜਿਆਂ ਨੂੰ ਪਾੜ ਕੇ ਰੱਖ ਦਿੰਦੀ, ਸੰਜੋਹਾਂ ਪਾੜ ਦਿੰਦੀ। ਸਾਂਗ ਮਹਾਰਾਜ ਨੇ ਸਭ ਤੋਂ ਪਹਿਲਾਂ ਇਹ ਵਰਤੀ ਹੈ। ਸਰੋਈ ਤਲਵਾਰ ਹੁੰਦੀ ਹੈ, ਸਰੋਹ ਦੇਸ਼ ਦੀ, ਰਾਜਸਥਾਨ 'ਚ ਇੱਕ ਸਰੋਹ ਰਿਆਸਤ ਹੈ ਰਾਜਪੂਤਾਨੇ ਵਿੱਚ, ਉੱਥੇ ਦੀ ਬਣੀ ਹੋਈ ਨੂੰ ਸਰੋਹੀ ਕਹਿੰਦੇ। ਇੱਥੇ ਸ਼ਾਇਦ ਮੈਂ ਹੋਇਆ ਅਤੇ ਦਰਸ਼ਨ ਕਰਾਵਾਂਗੇ ਤੁਹਾਨੂੰ, ਸਰੋਹੀ ਹੁੰਦੀ ਹੈ। ਅਤੇ ਸੈਫ ਸਿੱਧੀ ਹੁੰਦੀ ਹੈ, ਅਤੇ ਉਹਦੇ ਪਿੱਛੇ ਮੁੱਠਾ ਵੱਡਾ ਹੁੰਦਾ ਹੈ। ਪਟਸ਼ ਅਤੇ ਸੈਫ, ਇਹ ਦੋ ਕਿਸਮਾਂ ਹੁੰਦੀਆਂ ਉਹਦੀਆਂ। ਹਜ਼ੂਰ ਸਾਹਿਬ, ਜਦੋਂ ਆਪਾਂ ਦੁਆ ਕਦੀ ਦਰਸ਼ਨ ਕਰਨੇ ਹੋਣ ਨਾ, ਤੁਸੀਂ ਦੀਵਾਲੀ ਤੋਂ ਦੋ ਦਿਨ ਪਹਿਲਾਂ ਪਹੁੰਚ ਜਾਓ, ਹਜ਼ੂਰ ਸਾਹਿਬ ਦੋ ਦਿਨ ਪਹਿਲਾਂ ਪਹੁੰਚ ਜਾਓ। ਦੀਵਾਲੀ ਤੋਂ ਇੱਕ ਦਿਨ ਪਹਿਲਾਂ ਤਖ਼ਤ ਇਸ਼ਨਾਨ ਹੁੰਦਾ, ਤਖ਼ਤ ਇਸ਼ਨਾਨ 'ਤੇ ਸਾਰੇ ਸ਼ਸਤਰ ਬਾਹਰ ਆਉਂਦੇ, ਉੱਥੇ ਫਿਰ ਤੁਸੀਂ ਦੇਖ ਸਕਦੇ ਹੋ ਵੀ ਇਹ ਸਰੋਈ ਹੈ, ਇਹ ਤੇਗਾ ਹੈ, ਇਹ ਸੈਫ ਹੈ, ਇਹ ਖੰਜਰ ਹੈ, ਇਹ ਬਿਸ਼ੂਆ ਹੈ, ਇਹ ਬੁਗਦਾ ਹੈ, ਇਹ ਸਾਂਗ ਹੈ, ਉਹ ਸਾਰੇ ਮਹਾਰਾਜ ਕਲਗੀਧਰ ਪਿਤਾ ਦੇ ਕਮਰ ਕਸੇ ਦੇ ਸ਼ਸਤਰ ਹਨ, ਜਿਹੜੇ ਸਾਹਿਬ ਕਲਗੀਧਰ ਜੀ ਆਪ ਪਹਿਨਿਆ ਕਰਦੇ ਸੀ, ਜਾਂ ਉਹਨਾਂ ਦੇ ਨਾਲ ਜਿਹੜੀ ਫੌਜ ਸੀ ਭਾਈ ਦਇਆ ਸਿੰਘ ਜੀ ਵਰਗੇ ਸਿੰਘ ਪਾਇਆ ਕਰਦੇ ਸੀ, ਉਹਨਾਂ ਦੇ ਪੁਰਾਤਨ ਸ਼ਸਤਰ। ਸਾਂਗ ਸਰੋਹੀ ਸਰੋਹ ਦੇਸ਼ ਦੀ ਤਲਵਾਰ ਨੂੰ ਕਹਿੰਦੇ ਆ। ਸੈਫ ਲੰਮੀ ਸਿੱਧੀ ਹੁੰਦੀ ਹੈ, ਦੋ ਧਾਰੀ ਹੁੰਦੀ ਹੈ, ਅਤੇ ਉਹਦੇ ਪਿੱਛੇ ਮੁੱਠਾ ਜਿਹੜਾ ਹੈ ਉਹ ਸਾਧ ਸੰਗਤ ਜੀ ਵੱਡਾ ਉਹ ਪਾਇਆ ਹੁੰਦਾ, ਸਜਾਇਆ ਹੁੰਦਾ।
ਤੇ ਅਸ ਨਾਮ ਕੱਟਣ ਵਾਲੇ ਸ਼ਸਤਰ ਦਾ ਹੈ। ਅਸ ਕਹਿੰਦੇ ਜਿਹੜਾ ਕੱਟ ਦੇਵੇ, ਅਸ ਤਲਵਾਰ ਨੂੰ ਵੀ ਕਹਿੰਦੇ ਹੈ, ਅਸ ਨਾਮ ਕੱਟਣ ਵਾਲੇ ਸ਼ਸਤਰ ਦਾ। ਅਸੀਂ ਧਾਤੂ ਤੋਂ ਸੰਸਕ੍ਰਿਤ ਦਾ ਇਹ ਸ਼ਬਦ ਹੈ ਬਣਿਆ ਹੈ। ਹਾਂਜੀ, ਤੀਰ ਤੁਪਕ ਤਲਵਾਰ, ਤੀਰ ਜਿਹੜਾ ਚਲਾਇਆ ਜਾਂਦਾ ਹੈ, ਤੁਪਕ ਬੰਦੂਕ ਨੂੰ ਕਹਿੰਦੇ ਨੇ, ਤੇ ਤਲਵਾਰ ਜਿਹੜਾ ਵਾਰ ਕਰਨ ਵਾਲਾ, ਤਲ ਥੱਲਿਓਂ ਦੀ ਵਾਰ ਕਰਕੇ ਕੱਟਣ ਵਾਲੀ, ਉਹਨੂੰ ਕਹਿੰਦੇ ਤਲਵਾਰ। ਹਾਂਜੀ, ਸਤਰਾਂਤਕ ਕਵਚਾਂਤ ਕਰ, ਸਤਰਾਂਤਕ ਸ਼ਤਰੂ ਦਾ ਅੰਤ ਕਰਨ ਵਾਲੀ, ਸ਼ਤਰ ਸ਼ਤਰ ਆਂਤਕ, ਆਂਤਕ ਮੈਨੇ ਅੰਤ ਕਰਨ ਵਾਲੀ, ਨਾਸ਼ ਕਰਨ ਵਾਲੀ, ਸ਼ਤਰਾਂਤਕ ਜਿਹੜੀ ਸ਼ਤਰੂਆਂ ਦਾ ਨਾਸ਼ ਕਰਨ ਵਾਲੀ, ਦੁਸ਼ਮਣਾਂ ਦਾ ਅੰਤ ਕਰਨ ਵਾਲੀ ਹੈ। ਜਿਹਨਾਂ ਸ਼ਸਤਰ, ਜੇ ਸ਼ਸਤਰ ਨਾ ਹੁੰਦੇ ਸਾਧ ਸੰਗਤ ਜੀ, ਤੇ ਮੱਸੇ ਲੰਘਣ ਦਾ ਸਿਰ ਕਾਹਦੇ ਨਾਲ ਵੱਢਦੇ? ਅੱਜ ਕੱਲ੍ਹ ਆ ਸਾਡੇ ਕਹਿੰਦੇ ਵੀ ਸ਼ਸਤਰਾਂ ਦੀ ਕੋਈ ਲੋੜ ਨਹੀਂ ਜੀ, ਇਹਦੇ ਐਵੇਂ ਭਾਰ ਚੁੱਕੀ ਫਿਰਦੇ ਆ। ਜਦੋਂ ਲੋੜ ਪੈਂਦੀ ਉਦੋਂ ਹੀ ਪਤਾ ਲੱਗਦਾ। ਆ ਦਿੱਲੀ ਦੇ ਜੋ ਦੰਗੇ ਹੋਏ ਨੇ ਖਾਲਸਾ ਜੀ, ਇਹ ਕਿਉਂ ਹੋਏ ਨੇ? ਕਿਉਂਕਿ ਦਿੱਲੀ 'ਚ ਆਪਾਂ ਜਿਹੜੇ ਸਿੱਖ ਸੀ ਨਾ, ਪਿਛਲੇ 100 ਸਾਲ ਤੋਂ ਅੰਗਰੇਜ਼ਾਂ ਦਾ ਪ੍ਰਚਾਰ ਸੁਣ ਸੁਣ ਕੇ ਸ਼ਸਤਰ ਰੱਖਣੇ ਛੱਡ ਦਿੱਤੇ। ਹਜ਼ੂਰ ਸਾਹਿਬ ਕਿਉਂ ਨਹੀਂ ਦੰਗੇ ਹੋਏ ਉੱਥੇ? ਕਹਿੰਦੇ ਉਹਨਾਂ ਕਿਹਾ ਸੀਗਾ ਡੀਸੀ ਨੂੰ ਵੀ ਤੁਸੀਂ ਇੱਥੇ ਵੀ ਦੰਗੇ ਕਰਾਓ। ਉੱਥੋਂ ਦੇ ਡੀਸੀ ਨੇ ਜਵਾਬ ਦਿੱਤਾ, ਕਹਿੰਦਾ ਜੀ ਇੱਥੋਂ ਦੇ ਸਰਦਾਰ ਲੋਕ ਬੜੇ ਖਤਰਨਾਕ ਨੇ, ਬੜਾ ਮਾਰ ਕੁੱਟ ਕਰਨਗੇ, ਉਲਟਾ ਕੰਮ ਹੋ ਜਾਣਾ। ਜਿੱਥੇ ਸ਼ਸਤਰਧਾਰੀ ਹੋਏਗਾ ਸਿੰਘ, ਉੱਥੇ ਨਹੀਂ ਕੋਈ ਗੱਲ ਹੁੰਦੀ। ਜਿੱਥੇ ਢਿੱਲਾ ਮੱਠਾ ਹੁੰਦਾ ਉੱਥੇ ਖਤਰਾ ਹੁੰਦਾ। ਤੋ ਮਹਾਰਾਜ ਕਹਿੰਦੇ ਸ਼ਤਰਾਂਤ, ਸ਼ਤਰੂਆਂ ਦਾ ਅੰਤ ਕਰਨ ਵਾਲੀ। ਕਵਚਾਂਤ, ਕਵਚ ਜਿਹੜੀ ਸਰੀਰ 'ਤੇ ਪਾਈ ਹੁੰਦੀ ਆ, ਉਹਨੂੰ ਸੰਜੋਹ ਵੀ ਕਹਿੰਦੇ ਆ, ਕਵਚ ਵੀ ਕਹਿੰਦੇ ਆ, ਅਤੇ ਅੰਗਰੇਜ਼ੀ 'ਤੇ ਮੇਰਾ ਖੈਰ ਪਤਾ ਨਹੀਂ। ਕਵਚਾਂਤਕ, ਕਵਚ ਜਿਹੜੀ ਇਹ ਪਾਈ ਹੋਈ ਉਹਦਾ ਅੰਤ ਕਰਨ ਵਾਲੀ, ਇਹਨੂੰ ਹੌਲੇ ਹੌਲੇ ਬੋਲਣ ਲਾਉਣਾ, ਹੋਰ ਕੋਈ ਗੱਲ ਨਹੀਂ। ਕਵਚਾਂਤਕ ਜਿਹੜੀ ਸਰੀਰ 'ਤੇ ਪਾਈ ਹੁੰਦੀ ਕਵਚ, ਉਹਦਾ ਵੀ ਅੰਤ ਕਰ ਦੇਵੇ। ਇੱਥੇ ਥੱਲੇ ਪੇਸ਼ ਕਵਚ ਪਿਆ ਹੋਣਾ, ਉਹ ਪੇਸ਼ ਕਵਚ ਹੈ, ਉਹ ਅੱਗੋਂ ਤਿੱਖਾ ਹੁਣ ਬਰੀਕ ਹੁੰਦਾ, ਉਹ ਮਾਰ ਕੇ ਸੰਜੋਹ ਪਾੜ ਦਿੱਤੀ ਜਾਂਦੀ। ਕਵਚਾਂਤਕ, ਸ਼ਤਰਾਂਤ ਕਰ, ਵੈਰੀਆਂ ਦਾ ਨਾਸ਼ ਕਰਨ ਵਾਲੀ, ਸ਼ਤਰੂਆਂ ਦਾ ਅੰਤ ਕਰਨ ਵਾਲੀ। ਕਰੀਏ ਰੱਛ ਹਮਾਰ, ਸਾਡੀ ਰੱਛਾ ਕਰੋ ਮਾਤਾ ਜੀ। ਅਕਾਲ ਪੁਰਖ ਦੀ ਸ਼ਕਤੀ ਨੂੰ ਮਹਾਰਾਜ ਕਹਿ ਰਹੇ ਕਿ ਹੇ ਅਕਾਲ ਪੁਰਖ ਦੀ ਸ਼ਕਤੀ, ਹੇ ਸ਼ਸਤਰ ਸਰੂਪ ਵਾਹਿਗੁਰੂ, ਸਾਡੀ ਰੱਖਿਆ ਕਰੋ। ਇਹ ਸ਼ਸਤਰਾਂ ਰੂਪ 'ਚ ਹੋ ਕੇ ਸਾਡੀ ਰੱਖਿਆ ਕਰੋ। ਅਕਾਲ ਪੁਰਖ ਨੇ ਕਿਸੇ ਬਹਾਨੇ ਰੱਖਿਆ ਕਰਨੀ ਹੁੰਦੀ ਹੈ, ਸਾਡੀ ਰੱਖਿਆ ਸ਼ਸਤਰ ਕਰਦੇ। ਸ਼ਸਤਰ ਮਾਰਨ ਵਾਸਤੇ ਨਹੀਂ ਹੁੰਦੇ, ਮਾਰਨ ਦੀ ਲੋੜ ਨਹੀਂ ਪੈਂਦੀ। ਗਾਦਰੇ ਤੇਗ ਪਾਈ ਹੋਵੇ ਨਾ, ਦੁਸ਼ਮਣ ਉਹਦੀ ਪਰੇ ਕਰ ਜਾਂਦਾ ਵੀ ਕੋਈ ਪਤਾ ਨਹੀਂ ਕੀ ਕਰ ਦੇਗਾ। ਲੜਾਈ ਟਾਲਣ ਵਾਸਤੇ ਸਾਨੂੰ ਸ਼ਸਤਰ ਦਿੱਤੇ ਸਾਧ ਸੰਗਤ, ਲੜਾਈ ਟਲਦੀ ਹੈ, ਅਸੀਂ ਦੇਖਿਆ। ਉੱਦਾਂ ਖਾਲੀ ਹੋਵੇ ਨਾ, ਅਗਲਾ ਆ ਕੇ ਹੱਥੀ ਪੈਂਦਾ, ਅਤੇ ਸ਼ਸਤਰ ਕੋਲ ਹੋਵੇ ਅਗਲਾ ਵੀ ਪਰੇ ਕੰਨੀ ਵੱਟ ਜਾਂਦਾ, ਆਪਣਾ ਵੀ ਬਚਾਅ ਹੋ ਜਾਂਦਾ। ਲੜਾਈ ਤੋਂ ਬਚਾਉਂਦੇ ਆ ਸ਼ਸਤਰ, ਖੂਨ ਖਰਾਬੇ ਤੋਂ ਬਚਾਉਂਦੇ ਆ, ਨੁਕਸਾਨ ਤੋਂ ਬਚਾਉਂਦੇ ਆ। ਕਈ ਵਾਰੀ ਹੋਇਆ ਇੱਦਾਂ, ਸ਼ਸਤਰ ਕੋਲ ਆ, ਅਗਲਾ ਵੀ ਸੋਚਦਾ ਵੀ ਆਪਾਂ ਰਾਹ ਪਈਏ, ਆਪਾਂ ਕੀ ਲੈਣਾ, ਆਪਾਂ ਵੀ ਕਹਿੰਦੇ ਹਾਂ ਵੀ ਕਾਹਨੂੰ ਮਾਰਨਾ ਕਿਸੇ ਨੂੰ। ਇਹ ਰੱਖਿਆ ਕਰਦੇ, ਕਈ ਤਰੀਕੇ ਨਾਲ ਸ਼ਸਤਰ ਰੱਖਿਆ। ਜੇ ਗਲ ਪੈ ਹੀ ਜਾਵੇ ਤੇ ਫਿਰ ਵੀ ਰੱਖਿਆ ਕਰਦੇ। ਹਾਂਜੀ, ਅਸ ਕਿਰਪਾਨ ਧਾਰਾ ਧਰੀ, ਅਸ ਕਿਰਪਾਨ, ਅਸ ਨਾਮ ਕੱਟਣ ਵਾਲੇ ਦਾ ਧਾਰਾ ਧਰੀ, ਧਾਰਾ ਜਿਹਦੀ ਧਾਰ ਹੁੰਦੀ ਹੈ, ਧਾਰ ਮੈਨੇ ਤਿੱਖੀ, ਧਰੀ ਮੈਨੇ ਧਾਰਨ ਕਰਨ ਵਾਲੀ, ਜਿਹਨੇ ਤਿੱਖੀ ਧਾਰਨ ਕੀਤੀ ਹੋਈ ਹੈ, ਐਸੀ ਕਿਰਪਾਨ ਸੁਭਾਏ ਮਾਨ। ਅਕਾਲ ਪੁਰਖ ਜੀ ਤੁਹਾਡੇ ਹੱਥ ਵਿੱਚ ਹੈ,
ਸੈਫ ਸੂਲ ਜਮਦਾੜ। ਸੈਫ ਕੋਈ ਪਹਿਲਾਂ ਦੱਸਿਆ ਸੂਲ, ਸੂਲ ਸਾਧ ਸੰਗਤ ਜੀ ਬਾਣੀ ਚਾਹੁੰਦਾ ਸੂਲ ਸੁਰਾਹੀ ਖੰਜਰ ਪਿਆਲਾ। ਸੂਲ ਤਿੱਖਾ ਜਿਹਾ ਹੁੰਦਾ ਅਤੇ ਜਿਵੇਂ ਤੀਰ ਪਏ ਨੇ ਇੱਦਾਂ ਲੋਹੇ ਦਾ ਹੁੰਦਾ, ਪਰ ਅਗਲੇ ਪਾਸੇ ਬਿਲਕੁਲ ਤਿੱਖਾ ਜਿਹਾ ਉਹਦਾ ਸੂਆ ਹੁੰਦਾ, ਉਹ ਚੌੜਾ ਤੀਰ ਨਹੀਂ ਹੁੰਦਾ, ਉਹਨੂੰ ਉਹ ਤਿੱਖਾ ਜਿਹਾ ਹੁੰਦਾ, ਉਹਨੂੰ ਸੂਲ ਕਹਿੰਦੇ ਆ। ਹਜ਼ੂਰ ਸਾਹਿਬ ਦਰਸ਼ਨ ਕੀਤੇ ਇੱਕ ਦੋ ਸਿੰਘਾਂ ਦੇ ਕੋਲ ਪਿਆ ਸੀ, ਉਹ ਅੱਜ ਕੱਲ੍ਹ ਬਹੁਤ ਘੱਟ ਮਿਲਦਾ ਉਹ ਸੂਲ। ਅਤੇ ਜਮਦਾੜ, ਜਮਦਰ ਵੀ ਕਹਿੰਦੇ ਆ, ਜਮਦਾੜ ਕਟਾਰ। ਅੱਜ ਕੱਲ੍ਹ ਵੈਸੇ ਉਹ ਦਾਇਆਨੀ ਨੂੰ ਜਮਦਾੜ ਕਹਿਣ ਲੱਗ ਪਏ ਕਾਰੀਗਰ, ਉਹਨਾਂ ਨੂੰ ਪਤਾ ਨਹੀਂ, ਪਰ ਜਿਹੜਾ ਅਸਲ ਜਮਦਾੜ ਹੈ ਉਹ ਕਟਾਰ ਨੂੰ ਲਿਖਿਆ ਮਹਾਰਾਜ। ਜੋ ਜਮ ਦੀ ਦਾੜ ਹੈ, ਮੌਤ ਜਮ ਮੌਤ ਦਾ ਫਰਿਸ਼ਤਾ ਹੈ ਜਿਹੜਾ ਸਾਨੂੰ ਲੈਣ ਆਉਂਦਾ, ਉਹਦੀ ਜਾੜ ਜਿਹੜੀ ਮੌਤ ਦਾ ਕਾਲ ਦੀ ਜਿਹੜੀ ਜਾੜ ਹੈ ਚੱਬ ਜਾਣ ਵਾਲੀ, ਉਹ ਕੱਟ ਕਾਤਰੇ 'ਚ ਪਾਈ ਜਾਂਦੀ ਹੈ ਕਟਾਰ। ਅਤੇ ਅੱਜ ਕੱਲ੍ਹ ਜਿਵੇਂ ਜਿਹੜੇ ਵੱਡੇ ਫੌਜ ਦੇ ਪੁਲਿਸ ਦੇ ਅਫਸਰ ਹੁੰਦੇ ਹਨ, ਉਹ ਆਪਣੇ ਕੋਲ ਕਟਾ ਪਿਸਟਲ ਰੱਖਦੇ ਆ, ਪਹਿਲਾਂ ਕਟਾਰ ਰੱਖਦੇ ਸੀ ਕਾਤਰੇ ਦਾ ਸ਼ਸਤਰ। ਰਾਜੇ ਮਹਾਰਾਜੇ ਭਾਵੇਂ ਪਲੰਘ ਦੇ ਸੁੱਤੇ ਵੀ ਹੋਣ, ਕਟਾਰ ਆਪਣੇ ਕੋਲ ਰੱਖਦੇ ਸੀ, ਅਚਾਨਕ ਕੋਈ ਹਮਲਾ ਕਰ ਦੇਵੇ, ਬੜਾ ਵਧੀਆ ਸ਼ਸਤਰ, ਸਭ ਤੋਂ ਵਧੀਆ ਨੇੜੇ ਦੇ ਹੱਥੋਂ ਪਾਈ ਦੀ ਲੜਾਈ ਵਿੱਚ ਉਹ ਸਭ ਤੋਂ ਜ਼ਿਆਦਾ ਵਧੀਆ। ਆਹ ਸਾਹਮਣੇ ਦਰਸ਼ਨ ਹੋ ਰਹੇ ਨੇ, ਕਟਾਰਾਂ ਪਈਆਂ ਨੇ। ਸੋ ਜਮਦਾੜ ਮਹਾਰੇ ਕਹਿੰਦੇ ਇਹ ਅਕਾਲ ਪੁਰਖ ਦਾ ਹੀ ਸਰੂਪ ਹੈ। ਕਵਚਾਂਤਕ ਸਤਰਾਂਤ ਕਰ, ਕਵਚਾਂਤਕ ਫਿਰ ਬਚਨੀ ਕਹਿੰਦੇ, ਕਵਚ ਦਾ ਵੀ ਅੰਤ ਕਰ ਦਿੰਦੀ, ਕਵਚ ਨੂੰ ਪਾੜ ਦਿੰਦੀ ਹੈ ਜਮਦਾੜ ਜਾਂ ਕਟਾਰ। ਸਤਰਾਂਤ ਕਰ, ਸ਼ਤਰੂ ਦਾ ਅੰਤ ਕਰ ਦਿੰਦੀ ਹੈ। ਤੇਗ ਤੀਰ ਧਰ ਬਾੜ, ਤੇਗ ਤਲਵਾਰ ਤੇਗਾ ਤੀਰ ਤੇ ਧਰ ਬਾੜ, ਬਾੜ ਕਹਿੰਦੇ ਨੇ ਉਹੀ ਧਾਰ ਨੂੰ, ਬਾੜ ਕਹਿੰਦੇ ਵੱਢਣ ਵਾਲੀ, ਕਹਿੰਦੇ ਜਿਹਨੇ ਧਾਰ ਨੂੰ ਧਾਰਨ ਕੀਤਾ ਹੋਇਆ, ਬਾੜ ਨੂੰ ਧਾਰਨ ਕੀਤਾ ਹੋਇਆ। ਅਸ ਕਿਰਪਾਨ ਖੰਡੋ ਖੜਗ, ਅਸ ਕਿਰਪਾਨ ਖੰਡੋ ਖੜਗ, ਇਹ ਆਮ ਆਪਾਂ ਸ਼ਬਦ ਪੜ੍ਹਦੇ ਹਾਂ ਸਿੰਘਾਂ ਦੀ ਜਦੋਂ ਕੋਈ ਬਾਣੀ ਚੋਂ ਇਸ ਦੋ ਸਵਈਏ ਦੋ ਪੰਕਤੀਆਂ ਜ਼ਿਆਦਾ ਪੜ੍ਹ ਲੈਂਦੇ, ਰਾਗੀ ਸਿੰਘ ਵੀ ਗਾਉਂਦੇ ਆ, ਵੈਸੇ 27 ਪੌੜੀਆਂ ਨੇ, 27 ਦੋਹਰੇ ਨੇ, ਪਰ ਦੋ ਤਿੰਨ ਹੀ ਆਪਾਂ ਸੁਣੇ ਹਨ। ਤੋ ਮਹਾਰਾਜ ਕਹਿੰਦੇ ਅਸ ਕਿਰਪਾਨ, ਜੋ ਕਿਰਪਾ ਆਨ ਕਿਰਪਾ ਵੀ ਕਰਦੀ ਹੈ ਅਤੇ ਆਨ ਸ਼ਾਨ ਨੂੰ ਵੀ ਰੱਖਦੀ ਹੈ, ਔਰ ਜੋ ਚੱਲਣ ਵਿੱਚ ਕਿਰਪਾ ਨਹੀਂ ਕਰਦੀ, ਜਦੋਂ ਚੱਲਦੀ ਹੈ ਫਿਰ ਕਿਰਪਾ ਤੋਂ ਬਾਹਰ ਹੋ ਜਾਂਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਰਪਾ ਨਾ, ਦੋਵੇਂ ਅਰਥ ਮਹਾਂਪੁਰਸ਼ਾਂ ਨੇ ਕੀਤੇ ਨੇ, ਕਿਰਪਾ ਨਹੀਂ ਹੁੰਦੀ ਭਾਵ ਪਾਰ ਲੰਘਾ ਦਿੰਦੀ ਹੈ, ਜੇ ਰਹਿਮ ਆ ਜਾਏ ਫਿਰ ਥੋੜ੍ਹਾ ਚੱਲਣਾ ਕੰਮ, ਫਿਰ ਤਾਂ ਉਸ ਵੇਲੇ ਫਿਰ ਰਹਿਮ ਰੂਮ ਨਹੀਂ ਹੁੰਦਾ, ਫਿਰ ਚੱਲਦੀ ਹੈ। ਸੋ ਕਿਰਪਾ ਨਾ, ਪਰ ਦੂਜੇ ਪਾਸੇ ਜਿਹਦੇ 'ਤੇ ਚੱਲ ਜਾਂਦੀ ਉੱਥੇ ਕਿਰਪਾ ਹੋ ਵੀ ਜਾਂਦੀ ਅਤੇ ਮੁਕਤੀ ਹੋ ਜਾਂਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਰਪਾਨ ਖੰਡੋ ਖੜਗ, ਖੰਡੇ ਅਤੇ ਖੜਗ ਜੋ ਹਨ, ਤੁਪਕ ਤਬਰ ਅਰ ਤੀਰ, ਖੰਡ ਦਾ ਮਤਲਬ ਹੁੰਦਾ ਟੋਟੇ ਟੋਟੇ ਕਰਨੇ, ਖੰਡੇ ਖੰਡੇ ਟੋਟੇ ਟੋਟੇ ਕਰ ਦਿੰਦੀ ਹੈ। ਤੁਪਕ ਬੰਦੂਕ ਨੂੰ ਕਹਿੰਦੇ ਹਨ ਜਿਹੜੀ ਦੂਰੋਂ ਚਲਾਈ ਜਾਂਦੀ ਹੈ। ਤਬਰ, ਤਬਰ ਇੱਕ ਕੁਹਾੜੇ ਵਰਗਾ ਸ਼ਸਤਰ ਹੁੰਦਾ, ਉਹ ਥੋੜ੍ਹਾ ਜਿਹਾ ਵੱਡਾ ਹੁੰਦਾ, ਉਹਨੂੰ ਪਰਸਾ ਵੀ ਕਹਿ ਦਿੰਦੇ ਨੇ, ਜਿਵੇਂ ਪਰਸਰਾਮ ਜੀ ਦੇ ਹੱਥ ਵਿੱਚ ਆਪਾਂ ਦੇਖਿਆ ਹੋਏਗਾ, ਉਹ ਪਰਸਾ ਵੀ ਕਹਿੰਦੇ, ਉਹਨੂੰ ਤਬਰ ਵੀ ਕਹਿੰਦੇ, ਥੋੜ੍ਹਾ ਵੱਡਾ ਹੁੰਦਾ। ਤਬਰ ਅਰ ਤੀਰ, ਤੀਰ ਜੋ ਦੂਰੋਂ ਚਲਾਏ ਜਾਂਦੇ, ਮਹਾਰਾਜ ਨੇ ਬਾਰ ਬਾਰ ਰਿਪੀਟ ਕਰਨੇ ਨੇ, ਕਿਉਂਕਿ ਜਿਵੇਂ ਵਾਹਿਗੁਰੂ 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 ਆਪਾਂ ਇੱਕ ਵਾਰੀ ਥੋੜ੍ਹਾ ਕਹਿੰਦੇ, ਬਾਰ ਬਾਰ ਹੀ ਕਹਿੰਦੇ ਹਾਂ। ਇਹ ਬਾਣੀ ਦਾ ਪਾਠ ਕਰਨ ਨਾਲੇ ਬਾਰ ਬਾਰ ਸ਼ਬਦ ਤੁਹਾਡੀ ਸੁਰਤੀ 'ਚ ਆਈ ਜਾਣੇ ਆ ਅਤੇ ਫਿਰ ਸਿੱਧ ਹੋ ਜਾਂਦੇ। ਹਾਂਜੀ, ਸੈਫ ਸਰੂਹੀ ਸਹਿਤੀ, ਫਿਰ ਮਹਾਰਾਜ ਕਹਿੰਦੇ ਸੈਫ ਉਹੀ ਜਿਹੜੀ ਸਿੱਧੀ ਚੱਲਦੀ ਹੈ,
ਸਲੋਈ ਜਿਹੜੀ ਸਲੋਹ ਤੇ ਇਸ ਦੀ ਬਣੀ ਹੋਈ ਹੈ, ਅਤੇ ਸਹਿਤੀ ਸਹਿ ਹੱਥਾਂ ਨਾਲ ਚੱਲਣ ਵਾਲੀ, ਇਹਦੇ 100 ਹੱਥ ਹਨ, ਸਹਿ ਹੱਥੀ। 100 ਹੱਥ ਕਿਵੇਂ ਹਨ? ਇੱਧਰੋਂ ਵੀ ਮਾਰਨੀ, ਇੱਧਰੋਂ ਵੀ ਮਾਰਨੀ, ਇੱਧਰੋਂ ਵੀ ਮਾਰਨੀ, ਇੱਧਰੋਂ ਵੀ ਮਾਰਨੀ। ਉਹ ਕਿਹੜੀ ਹੈ? ਉਹ ਬਰਛੀ ਹੈ। ਬਰਛੀ ਨੂੰ ਸਹਿਤੀ ਕਹਿੰਦੇ, ਸਹਿਤੀ। ਮਾਰੇ ਕਹਿੰਦੇ ਸਾਡੇ ਪੀਰ ਹਨ, ਇਹ ਸਾਡੇ ਪੀਰ ਹਨ, ਤਾਂ ਅਸੀਂ ਇਹਨਾਂ ਸ਼ਸਤਰਾਂ ਨੂੰ ਨਮਸਕਾਰ ਕਰ, ਤਖਤਾਂ ਉੱਤੇ ਪ੍ਰਕਾਸ਼ ਇਹਨਾਂ ਸ਼ਸਤਰਾਂ ਦਾ ਤਾਂ ਹੀ ਕੀਤਾ ਹੋਇਆ। ਤੀਰ ਤੁਹੀ ਸੈਥੀ ਤੁਹੀ। ਹੁਣ ਮਹਾਰਾਜ ਕਹਿੰਦੇ ਇਹ ਲੋਹੇ ਦੇ ਨਹੀਂ ਹਨ, ਇਹ ਅਕਾਲ ਪੁਰਖ ਦੀ ਸ਼ਕਤੀ ਦੇ ਬਣੇ ਹੋਏ ਹਨ। ਆਖੋ ਸ੍ਰੀ ਵਾਹਿ, ਇਹ ਵਾਹਿਗੁਰੂ ਨੇ ਰੂਪ ਧਾਰਨ ਕੀਤਾ ਸ਼ਸਤਰਾਂ ਦਾ। ਤੀਰ ਤੁਹੀ, ਇਹ ਵਾਹਿਗੁਰੂ ਤੂੰ ਹੀ ਤੀਰ ਬਣਿਆ ਹੋਇਆ, ਤੂੰ ਹੀ ਉਹ ਐਨਰਜੀ ਜਿਹੜੀ ਆਤਮਾ ਰੂਪ ਸਾਰਿਆਂ ਵਿੱਚ ਵਿਆਪਕ ਹੈ, ਜੋ ਅਕਾਲ ਪੁਰਖ ਸਰਵ ਸ਼ਕਤੀਮਾਨ ਹੈ। ਤੀਰ ਤੂੰ ਹੀ, ਹੇ ਵਾਹਿਗੁਰੂ ਤੂੰ ਹੀ ਤੀਰ ਹੈ, ਸੈਥੀ ਤੂੰ, ਬਰਛੀ ਵੀ ਤੂੰ ਹੀ ਹੈ। ਤੁਹੀ ਤਬਰ ਤਲਵਾਰ, ਹੇ ਵਾਹਿਗੁਰੂ ਤਬਰ ਵੀ ਤੂੰ ਹੀ ਬਣਿਆ ਹੋਇਆ, ਤੇ ਤਲਵਾਰ ਵੀ ਤੂੰ ਹੀ ਬਣਿਆ ਹੋਇਆ ਹੈ। ਨਾਮ ਤਿਹਾਰੋ ਜੋ ਜਪੈ, ਹੇ ਵਾਹਿਗੁਰੂ ਜਿਹੜਾ ਵੀ ਤੇਰਾ ਨਾਮ ਜਪੇਗਾ, ਤੇਰਾ ਸਿਮਰਨ ਕਰੇਗਾ। ਸਾਧ ਸੰਗਤ ਜੀ, ਪੁਰਾਤਨ ਸਿੰਘ ਜਦੋਂ ਇਹ ਬਾਣੀ ਪੜ੍ਹਦੇ ਸੀ, ਉਹਨਾਂ ਨੂੰ ਅਕਾਲ ਪੁਰਖ ਯਾਦ ਆਉਂਦਾ ਸੀ ਸ਼ਸਤਰਧਾਰੀ ਰੂਪ ਦੇ ਵਿੱਚ, ਅਤੇ ਜਦੋਂ ਉਹ ਖੰਡਾ ਮਾਰਦੇ ਸੀ ਨਾ, ਉਹ ਜਿਹਨੂੰ ਵੀ ਵੱਜਦਾ ਸੀ ਉਹਦੀ ਵੀ ਮੁਕਤੀ ਹੋ ਜਾਂਦੀ ਸੀ, ਉਹਨੂੰ ਵੀ ਆਨੰਦ ਆ ਜਾਂਦਾ ਸੀ, ਉਹਦਾ ਵੀ ਕਲਿਆਣ ਹੋ ਜਾਂਦਾ ਸੀ। ਨਾਮ ਤਿਹਾਰੋ ਜੋ ਜਪੈ, ਹੇ ਵਾਹਿਗੁਰੂ ਜਿਹੜਾ ਤੇਰਾ ਨਾਮ ਜਪਦਾ ਹੈ, ਭਏ ਸਿੰਧ ਭਵ ਪਾਰ, ਉਹ ਭਵ ਸਾਗਰ ਤੋਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਹਨ ਜਿਨ੍ਹਾਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਹੈ। ਕਾਲ ਤੁਹੀ ਕਾਲੀ ਤੁਹੀ, ਹੇ ਵਾਹਿਗੁਰੂ ਕਾਲ ਰੂਪ ਵੀ ਤੂੰ ਹੀ ਹੈ ਤੇ ਕਾਲੀ ਰੂਪ ਵੀ ਤੂੰ ਹੀ, ਪੁਰਖ ਰੂਪ ਵਿੱਚ ਵੀ ਇਸਤਰੀ ਰੂਪ ਵਿੱਚ ਵੀ ਅਕਾਲ ਪੁਰਖ ਦੀਆਂ ਸ਼ਕਤੀਆਂ ਹਨ। ਕਾਲ ਤੂੰ ਹੀ, ਕਾਲ ਵੀ ਤੂੰ ਹੀ ਹੈ ਤੇ ਕਾਲੀ ਵੀ ਤੂੰ ਹੀ ਹੈ। ਤੁਹੀ ਤੇਗ ਅਰ ਤੀਰ, ਹੇ ਵਾਹਿਗੁਰੂ ਤੂੰ ਹੀ ਤੇਗ ਹੈ ਤੇ ਤੂੰ ਹੀ ਤੀਰ, ਤੈਂ ਹੀ ਦੁਰਗਾ ਸਾਜਕ ਹੈ, ਤੈਂਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ, ਬੜੇ ਬੁੜੇ ਮਨੁ ਦੇਵਤੇ ਕਈ ਯੁਗ ਤਿੰਨੀ ਤਨਤਾਇਆ, ਕਿਨੀ ਤੇਰਾ ਅੰਤ ਨਾ ਪਾਇਆ। ਅਕਾਲ ਪੁਰਖ ਦੀ ਸ਼ਕਤੀ ਦਾ ਹੀ ਸਾਰਾ ਪਸਾਰਾ ਹੈ, ਉਹੀ ਤੇਗ ਹੈ, ਉਹੀ ਤੀਰ ਹੈ, ਉਹੀ ਤਲਵਾਰ ਹੈ, ਉਹੀ ਬੰਦੂਕ ਹੈ। ਹਾਂਜੀ, ਤੁਸੀਂ ਨਿਸ਼ਾਨੀ ਜੀਤ ਕੀ, ਇਹ ਮੇਰੇ ਵਾਹਿਗੁਰੂ ਤੂੰ ਹੀ ਜਿੱਤ ਦੀ ਨਿਸ਼ਾਨੀ ਹੈ। ਜਿਹੜੇ ਯੋਧਿਆਂ ਬਹਾਦਰਾਂ ਸੂਰਮਿਆਂ ਦੇ ਬਲੀਆਂ ਦੇ ਮੱਥੇ ਦੇ ਸਿਹਰਾ ਬੱਝਦਾ ਨਾ ਜਿੱਤ ਦਾ, ਉਹ ਵਾਹਿਗੁਰੂ ਆਪ ਬੰਨਦਾ। ਉਹ ਜਿੱਤ ਵੀ ਆਪ ਹੈ, ਜਿੱਤ ਦੇਣ ਵਾਲਾ ਵੀ ਆਪ ਹੈ, ਜਿੱਤਣ ਵਾਲਾ ਵੀ ਆਪ ਹੈ, ਸਭ ਕੁਛ ਆਪੇ ਆਪ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾ।